ਸੁਣ ਲਿਓ, ਮੈਂ ਤੇ ਸਲੀਮ ਭਾਜੀ ਘੱਟ ਰਹਿ ਗਏ ਥੋੜੇ ਜਿਹੇ। ਸਰ ਮਾਲਕ ਨੇ ਸਾਨੂੰ ਬਹੁਤ ਅੱਛਾ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਰਾਜ ਅਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਕਹਿੰਦੇ ਨੇ ਹਰ ਇੱਕ ਸ਼ਖਸ ਦੇ ਵਿੱਚ ਇੱਕ ਐਸਾ ਹੁਨਰ ਜ਼ਰੂਰ ਹੁੰਦਾ ਹੈ ਜੋ ਕਿ ਉਸਨੂੰ ਬਾਕੀਆਂ ਨਾਲੋਂ ਅਲੱਗ ਜ਼ਰੂਰ ਬਣਾ ਦਿੰਦਾ ਹੈ, ਪਰ ਹਰ ਇੱਕ ਸ਼ਖਸ ਦੇ ਵਿੱਚ ਇੱਕ ਐਸਾ ਕੌਨਫੀਡੈਂਸ ਨਹੀਂ ਹੁੰਦਾ ਕਿ ਮੈਂ ਹਰ ਕਿਸੇ ਤੋਂ ਸੋਹਣਾ ਨਹੀਂ ਲੱਗ ਰਿਹਾ। ਜੀ ਹਾਂ, ਕੁਛ ਇਸੇ ਤਰ੍ਹਾਂ ਦਾ ਮਲਾਲ ਜ਼ਾਹਿਰ ਕੀਤਾ ਹੈ ਜੀ ਖਾਨ ਨੇ ਆਪਣੀ ਇੱਕ ਲਾਈਵ ਪਰਫਾਰਮੈਂਸ ਦੌਰਾਨ ਆਪਣੀ ਆਡੀਅੰਸ ਦੇ ਨਾਲ, ਜਿਸ ਵਿੱਚ ਉਹ ਆਪਣੇ ਰੰਗ ਰੂਪ ਬਾਰੇ ਬੋਲਦੇ ਨਜ਼ਰ ਆ ਰਹੇ ਨੇ। ਅਤੇ ਇਸ ਪਰਫਾਰਮੈਂਸ ਦੌਰਾਨ ਕਿਸ ਤਰ੍ਹਾਂ ਇਮੋਸ਼ਨਲ ਹੋਏ ਜੀ ਖਾਨ, ਤੁਸੀਂ ਵੀ ਦੇਖ ਲਓ। ਸੁਣ ਲਿਓ, ਮੈਂ ਤੇ ਸਲੀਮ ਭਾਜੀ ਘੱਟ ਰਹਿ ਗਏ ਥੋੜੇ ਜਿਹੇ। ਸਰ ਮਾਲਕ ਨੇ ਸਾਨੂੰ ਬਹੁਤ ਅੱਛਾ ਦਿੱਤਾ। ਹਾਲਾਂਕਿ ਜੀ ਖਾਨ ਨੇ ਆਪਣੇ ਰੰਗ ਰੂਪ ਦੇ ਉੱਪਰ ਮਲਾਲ ਜ਼ਰੂਰ ਜਿਤਾਇਆ, ਪਰ ਨਾਲੋਂ ਨਾਲ ਇਹ ਕੌਨਫੀਡੈਂਸ ਵੀ ਦਿਖਾਇਆ ਹੈ ਕਿ ਸਾਨੂੰ ਸੁਰ ਚੰਗਾ ਦਿੱਤਾ ਹੈ। ਅਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਲੀਵੁੱਡ ਅਤੇ ਪਾਲੀਵੁੱਡ ਦੀ ਲੇਟੈਸਟ ਅਤੇ ਔਥੈਂਟਿਕ ਖਬਰਾਂ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।